केंद्र अपने बच्चे बचाने ने अपना समाज बचा मैं चैलेंज करना कि आ जाओ मेरे बैठ के डिबेट कर लो आ जाओ इतने बैठिए जिन ओपन जिन्होंने मेरा चैलेंज है निर्मल सिंह कालों ने रवि कालों ने जेडे फिरते ने मेरे नाल बैठ के एक बार डिबेट कर लेने की कला वालों दिता की अज तक पुराने दसा साल एक चीज नहीं दी किसी तस्वीर विधानसभा हलका डेरा बाबा नानक दियां हन जिथे कि कांग्रेस के उम्मीदवार सुखजिंदर सिंह रंधावा के हक में वक्-वक् पिंडां दे विच लोकां च भरवां हुंगारा वेखण नूं मिल रहा है ते लोक जशीले ढंग नाल सुखजिंदर सिंह रंधावा दा पिंडां च पुज्जण ते निघा स्वागत कर रहे हैं। रंधावा वल्लों अज वी वक्-वक् पिंडां दे विच मीटिंगां कीतियां गईआं ते देर शाम नूं कलानौर दे विच इक भरवीं मीटिंग की गई है। इस मौके सुखजिंदर सिंह रंधावा ने अपने संबोधन दे विच एक बार फिर तो अपने विरोधी उम्मीदवार रविकंद सिंह कालो नूं सीधा सीधा चैलेंज किया है कि वह उन्हां दे नाल आके बहस करन। ਇਹ ਫਿਰਕਾ ਪਰਸਤੀ ਜਿਹੜੀਆਂ ਪਾਰਟੀਆਂ ਨੇ ਇਹਨਾਂ ਕੋਲ ਬਚਣਾ ਪਏਗਾ। ਇਹ ਨਸ਼ਾ ਵੇਚਣ ਵਾਲੀਆਂ ਪਾਰਟੀਆਂ ਨੇ ਇਹਨਾਂ ਕੋਲ ਬਚਣਾ ਪਏਗਾ। ਇਹ ਕਿਸਾਨ ਕਿਸਾਨੀ ਤੇ ਜਵਾਨੀ ਨੂੰ ਖਤਮ ਕਰਨ ਵਾਲੇ। ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਕਿ ਜੇ ਆਪਣੇ ਬੱਚੇ ਬਚਾਉਣੇ ਨੇ ਆਪਣਾ ਸਮਾਜ ਬਚਾਉਣਾ ਤੇ ਉਹਦੇ ਵਿੱਚ ਕਹਿੰਦੇ ਮੈਂ ਇਹਨੂੰ ਚੈਲੰਜ ਕਰਦਾ कि आ जाओ मेरे नाल बैठ के डिबेट कर लो आ जाओ इतने बैठिए कई दिन ओपन जिन्होंने मेरा चैलेंज है निर्मल सिंह कालों ने रवि कालों ने जेडे फिरते ने कि मेरे नाल बैठ के एक बार डिबेट कर लेने की कला वालों दिता की अज तक पुराने दसा साल एक चीज नहीं दी किसी ने जे किसी ने किया होगा अपने कॉलेज बनाए होंगे इन्हें श्रोमणी कमेटी की जमीन से अपना कॉलेज बनाए ने ते मैं ਇੱਥੇ ਜਿਹੜਾ ਤੁਹਾਡਾ ਸਰਕਾਰੀ ਕਾਲਜ ਬਣਾਇਆ ਉੱਥੇ ਕੋਰਸ ਵੀ ਹੋਰ ਤੁਹਾਡੇ ਬੱਚੇ ਜਿਹੜੇ ਗਏ ਬਾਕੀ 400 ਬੱਚਾ ਹੋ ਗਿਆ ਤੁਹਾਨੂੰ ਨੌਰੀ ਮੈਂ ਤੁਹਾਨੂੰ ਵਧਾਈ ਵੀ ਦਿੰਦਾ 480 ਹੋ ਗਏ ਇਹ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਹਾਡੇ ਤੁਸੀਂ ਮੇਰਾ ਇੱਕ ਵਾਰਾ ਕੀਤਾ ਮੈਨੂੰ ਕੋਈ ਕਿਹਾ ਕਾਲਜ ਬਣਾ ਮੈਂ ਤੁਹਾਨੂੰ ਕਿਹਾ ਕਿ ਜੇ ਐਡਮਿਸ਼ਨ ਕਰੋਗੇ ਮੈਂ ਕਾਲਜ ਬਣਾਉਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ 500 ਤੱਕ ਪਹਿਲੇ ਸਾਲ ਕੀ ਅੱਜ ਆਪਾਂ ਬਾਰਡਰ ਤੇ ਬੈਠੇ ਹਾਂ ਮੋਦੀ ਸਾਹਿਬ ਕਹਿੰਦੇ ਨੇ ਮੈਂ 50 ਕਿਲੋਮੀਟਰ ਤੱਕ BSF ਲਾਉਂ ਮੈਂ ਕਹਿੰਦਾ ਮੋਦੀ ਸਾਹਿਬ BSF ਤੱਕ 50 ਕਿਲੋਮੀਟਰ ਤੱਕ ਰੋਡ ਨਹੀਂ ਬਾਰਡਰ ਹੀ ਸੀਲ ਕਰ ਦੋ ਉਹ ਜਿਹੜੀ ਤਾਰ ਆ ਉਹਨੂੰ ਹੀ ਕੰਟਰੋਲ ਕਰ ਲਓ ਉਥੋਂ ਨਾ ਨਸ਼ਾ ਪੰਜਾਬ ਚ ਆਉਣ ਦਿਓ ਉਥੋਂ ਨਾ ਹਥਿਆਰ ਆਉਣ ਦਿਓ ਉਥੋਂ ਨਾ RDX ਆਉਣ ਦਿਓ ਤੇ ਉਥੋਂ ਹੀ ਡਰੋਨ ਜਿਹੜੇ ਨੇ ਬੰਦ ਕਰੋ ਜਿਹੜੇ ਉਥੋਂ ਡਰੋਨ ਆਉਂਦੇ ਨੇ 50 ਕਿਲੋਮੀਟਰ ਤੱਕ ਤੇ ਡਰੋਨ ਜਾਣਾ ਹੀ ਨਹੀਂ 50 ਕਿਲੋਮੀਟਰ ਤੇ ਜਾ ਕੇ ਨਸ਼ੇ ਦੀ ਖੇਪ ਪਹੁੰਚਣੀ ਨਹੀਂ 50 ਕਿਲੋਮੀਟਰ ਤੇ ਪਿਸਤੌਲ ਪਹੁੰਚਣੀ ਨਹੀਂ ਤੇ ਇਸ ਕਰਕੇ ਕਿਰਪਾ ਕਰੋ ਕਈ ਲੜਾਈਆਂ ਲੜਦੇ ਰਹੇ 65 ਦੀ ਲੜਾਈ ਵੇਖੀ 71 ਦੀ ਦੇਖੀ ਅਸੀਂ ਕਾਰਗਿਲ ਦੇ ਟਾਈਮ 'ਚ ਸ਼ਹੀਦ ਜਿਹੜੇ ਆਪਣੇ ਇਲਾਕੇ 'ਚ ਉਹ ਆਉਂਦੇ ਵੇਖੇ ਨੇ ਤੇ ਕਿਰਪਾ ਕਰੋ ਇਹ ਦੁਬਾਰਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਨਾ ਤੁਰੋ ਮੈਂ ਕਿਹਾ ਨਹੀਂ 200 ਮੀਟਰ ਨਹੀਂ ਕੰਟਰੋਲ ਕਰ ਸਕੇ 50 ਕਿਲੋਮੀਟਰ ਤੱਕ ਕਿੱਥੇ ਜਾਣਗੇ ਉਹ ਤੁਹਾਨੂੰ ਮੇਰੀ ਬੇਨਤੀ ਆ ਕਿ ਇਹਨਾਂ ਦਾ ਕੂੜ ਪ੍ਰਚਾਰ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣੀ ਚਾਹੁੰਦਾ ਕਿ ਕਦੀ ਵੀ ਜਿਹੜਾ ਝੂਠਾ ਹੋਏਗਾ ਤੇ ਬੇਈਮਾਨ ਹੋਏਗਾ ਉਹ ਕਦੀ ਵੀ ਕਲਾਨੌਰ ਦੇ ਵਿੱਚ ਖੜਾ ਨਹੀਂ ਹੋ ਸਕਦਾ ਇੱਥੇ ਜੀ ਅਕਬਰ ਦੀ ਤਾਰ ਕੋਸ਼ਿਸ਼ ਹੋਈ ਆ ਇਹ ਇੱਕ ਬੜਾ ਸੈਕੂਲਰ
राजा होया, उन्हें हर धर्म का सत्कार किया, इस मंदिर का भी उन्हें निर्माण किया। सैलगड़ी लगे तो महाराजा रणजीत सिंह के बेटे की लगी है, खड़ग सिंह होना भी। जे उन्होंने मंदिर की आप सेवा नहीं करा, तो अकबर और महाराजा रणजीत सिंह दोनों ही योजे राजे हुए ने जिन्होंने हर धर्म का सत्कार किया और हर धर्म का। ਤੁਹਾਨੂੰ ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਸਰਗਰਮੀਆਂ 'ਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਵਿਖਾਈ ਦੇਣ ਲੱਗਾ ਹੈ। ਕਲਾਨੌਰ ਤੋਂ ਰਾਜਨ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।